फतेह। श्री भगवते सहाय वा श्री भगवते के पातशाय तस्मै तत्र भगवते शिवके गुरु नानक दयाय रंग भक्ते अरदास जहां जहां खालसा की सहाय तहां तहां रचया रायत देव देव फतेह। कृत की पैठ पांति जीत श्री साहिब की सहाय। गुरु खालसे जी के बोलवाले बोलो जी ਪਤਾ ਨਹੀਂ ਸੀ ਕਿ ਸਰਦਾਰ ਮੋਹਨ ਸਿੰਘ ਜੀ ਨੂੰ ਇਸ ਤਰ੍ਹਾਂ ਦੀ ਮੌਤ ਆ ਜਾਏਗੀ।
મનસામ મારા કે ગુરીની દૂરો નેડો મોહસિંહ કી ધારીવાલ દે રિશ્તેદાર મેલો આળે મેં ગણા કરા આળે આળે પિંડા દિયા બંધન વર્તા સારા પિટી આયા હોયા ઓર કતરી વાળા બમણા તરવંડી અર સમાણા શહેર જિન્યા ભી સંતાનિયા ને મેં સારા નું સબ તો પહેલા ફતે હાથ કરતા વાહેગુરુ જી કા ખાલસા વાહેગુરુ જી કી ફતેહ જો ખુદિયા સો વિનસા હૈ ਇਹ ਅਕਾਲ ਪੁਰਖ ਦਾ ਹੁਕਮ ਹੈ ਜਿਹੜਾ ਪੈਦਾ ਹੋਇਆ ਉਹਨੇ ਇੱਕ ਨਾ ਇੱਕ ਦਿਨ ਮਰਨਾ ਹੈ ਪਰ ਇੱਕ ਇਹੋ ਜਿਹੇ ਇਨਸਾਨ ਹੁੰਦੇ ਨੇ ਜਿਨ੍ਹਾਂ ਦੀ ਮਰਨ ਤੋਂ ਬਾਅਦ ਯਾਦ ਆਉਂਦੀ ਹੈ ਇੱਥੇ ਬਹੁਤ ਸੱਜਣ ਚਲੇ ਗਏ ਆਪਣੇ ਪਿਆਰੇ ਹੋ ਗਏ ਕੁਝ ਆਪਣੇ ਮੌਜੂਦਗੀ ਦੇ ਦੌਰਾਨ ਸੁਰਜੀਤ ਸਿੰਘ ਜੀ ਸਰਪੰਚ ਹੋਈ ਹੋਰ ਵੀ ਮੇਰੇ ਕਹਿਣ ਦਾ ਮਤਲਬ ਸਰਦਾਰ ਮੋਹਨ ਸਿੰਘ ਧਾਲੀਵਾਲ ਉਹਨਾਂ ਤੋਂ ਹੈ ਜਦੋਂ ਵੀ ਕੋਈ ਪਾਰਟੀ ਨੂੰ ਇਸ ਨਗਰ ਨੂੰ ਕੋਈ ਵੀ ਲੋੜ ਪੈਂਦੀ ਸੀ ਇਹ ਸ਼ਖਸੀਅਤਾਂ ਚਾਰ ਪੰਜ ਜਿਹੜੇ ਸੱਜਣ ਸੀ ਮੂਹਰੇ ਹੋ ਕੇ ਚੱਲਦੇ ਸੀ ਨਗਰ ਦੀ ਸਾਹ ਪਿੱਛੇ ਲੱਗਦਾ ਸੀ ਸਾਡੇ ਕਲਾਸ ਵੱਲੋਂ ਸਾਬਕਾ ਸਰਪੰਚ ਪੱਪੂ ਸਿੰਘ ਜੀ ਵੀ ਆਏ ਹੋਏ ਨੇ ਬੜਾ ਅੱਛਾ ਵੀ ਸੰਗਤ ਵੱਲੋਂ ਤੁਹਾਨੂੰ ਵੀ ਦਾਨ ਦਿੱਤਾ ਗਿਆ ਹੈ ਮੁਕਰਮ ਆਪ ਤੋਂ ਵੀ ਆਪਦਾ ਲੈ ਕੇ ਜਾਣਾ ਸਾਰੀਆਂ ਸੰਗਤਾਂ ਦਾ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਹਿਲਾਂ ਗੁਰੂ ਦੀ ਦੇਖ ਵਰਤੇ ਗਈ ਉਸ ਤੋਂ ਬਾਅਦ ਫਿਰ ਬੇਨਤੀ ਆ ਵੀ ਨਗਰ ਪ੍ਰਸ਼ਾਦਾ ਛੱਕ ਕੇ ਜਾਣਾ ਬਹੁਤ ਬਹੁਤ ਧੰਨਵਾਦ ਉਹ ਜੀ ਕੋਈ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਵਸਤਾਂ ਦੇ ਰਾਹੀਂ ਪਰਮਾਤਮਾ ਦਾਤੇ ਦਾ ਸ਼ੁਕਰਾਨਾ ਕਰਨਾ ਪਰਮਾਤਮਾ ਦਾ ਸਿਮਰਨ ਹੈ ਹਰ ਸਮੇਂ ਉੱਥੇ ਤੇ ਬੈਠ ਸੋਭਤ ਤੇ ਆਈਏ ਨਾਲ ਵਚਨ ਦਾ ਹਰੇ ਹਰ ਗਾਈਏ ਪਰ ਤੇ ਜਦੋਂ ਗੁਰੂ ਪਿਆਰ ਵਾਲੇ ਹੋ ਕਈ ਦਫਾ ਅਤ ਸੁੰਦਰ ਪ੍ਰੀ ਚਤੁਰ ਮੁਖਿਆ ਨੇ ਕਰਵੰਤ ਮਿਰਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਕਹੀਏ ਸੱਚ ਕਰਕੇ ਜਾਣਿਓ ਅਸੀਂ ਉਹਦੇ ਦੇ ਸਮਾਨ ਹਾਂ ਕਬੀਰ ਜੀ ਬੜਾ ਸਮਝਾਇਆ ਕਰ ਨਾ ਸਮਝ ਬਿਲਕੁਲ ਵੀ ਸਮਝ ਆਈ ਫਿਰ ਕੀ ਹੋਇਆ ਸਮਾਂ ਬਤੀਤ ਹੋਇਆ ਸਮਾਂ ਲੰਘਦਾ ਗਿਆ ਇਹਦੇ ਵੇਖਿਆ ਕੋਈ ਉਹ ਵਿਅਕਤੀ ਚੜ੍ਹਾਈ ਕਰ ਜਾਂਦਾ ਹੈ ਹੁਣ ਉਹਦੇ ਕਰਮਾਂ ਨੂੰ ਵੇਖਦੇ ਹੋਏ ਉਹਦੇ ਜੀਵਨ ਨੂੰ ਵੇਖਦੇ ਹੋਏ ਇਲਾਕਾ ਵਾਸੀ ਪਿੰਡ ਵਾਸੀਆਂ ਨੇ ਉਹਨਾਂ ਨੇ ਆਖਿਆ ਕਿ ਵਿਅਕਤੀ ਬਿਲਕੁਲ ਮਨੁੱਖ ਸੀਗਾ ਸਾਬਤ ਮਨੁੱਖ ਸੀਗਾ ਕਹਿਣ ਲੱਗੀ ਦੀ ਟੈਂਟ ਬੋਡੀ ਨੂੰ ਸੁੱਕੀ ਬਾਹਰ ਜੰਗਲ ਦੇ ਸੁੱਕਦੇ ਨੇ ਆਪ ਵੀ ਤਾਂ ਜਾਂ ਵਰਖਾ ਜਾਣਗੇ ਇਸੇ ਤਰ੍ਹਾਂ ਇਹ ਸਮਾਂ ਲੰਘੇ ਤਾਂ ਵੇਖੇ ਉਸ ਵਿਅਕਤੀ ਨੂੰ ਜੰਗਲ ਦੇ ਵਿੱਚ ਸੁੱਕਿਆ ਗਿਆ ਸਰੀਰ ਮਾਸ ਇਤਿਹਾਸਕ ਪੰਛੀ ਕਾਂ ਖਾ ਦਿੱਤੇ ਉੱਪਰ ਸਿਰ ਦੀ ਖੋਪੜੀ ਦੇ ਉੱਪਰ ਬੈਠਾ ਹੈ ਕਾਂ ਆਪਣੇ ਬੰਦੀ ਚੁੱਪ ਸਾਫ਼ ਕਰ ਰਹੇ ਹੈ ਆਪਣੀ ਬੰਦੀ ਚੁੱਪ ਸਾਫ਼ ਕਰ ਰਹੇ ਹੈ ਕਬੀਰ ਸਾਹਿਬ ਜੀ ਉਸ ਸਮੇਂ ਵੇਖ ਕੇ ਬੜੇ ਪੈਰਾਵ ਦੇ ਵਿੱਚ ਆਏ ਆਪਣੇ ਆਪ ਦਾ ਹੀ ਕਬੀਰ ਤੂੰ ਰੱਬ ਨੂੰ ਨਾ ਭੁਲਾ ਦੇਵੀ ਪਰਮਾਤਮਾ ਨੂੰ ਨਾ ਭੁਲਾ ਦੇਵੀ ਜਹਿ ਸਿਰ ਰਚ ਰਚ ਬਾਂਧਤ ਪਾਦ ਹੇ ਭਲੇ ਮਨੁੱਖ ਜਿਸ ਸਿਰ ਦੇ ਉੱਪਰ ਕਿਰਪਾ ਵਾਹਿਗੁਰੂ ਜੀ ਕਰਨ ਅਸੀਂ ਸੁਚੇਤ ਹੋਈਏ ਸਤਿਗੁਰਾਂ ਦੁਆਰਾ ਬਖਸ਼ਿਆ ਹੋਇਆ ਕਿ ਸਿਰ ਦਾ ਤਾਜ ਨਹੀਂ ਸੀ ਸੋ ਰਹੋ ਵਿਚਾਰ ਕਬੀਰ ਸਾਹਿਬ ਜੀ ਕਹਿਣ ਲੱਗੇ ਭਲੇ ਹੈ ਜਿਸ ਸਿਰ ਦੇ ਉੱਪਰ ਜਿਹੇ ਸਿਰ ਬਾਂਧਤ ਜਿਹੇ ਸਿਰ ਜਿਸ ਸਿਰ ਦੇ ਉੱਪਰ ਆਪਣੇ ਦਸਤਾਰ ਸਜਾਉਂਦਾ ਰਹੀ ਹੈ ਸੋ ਸਿਰ ਚੁੰਚ ਸਵਾਰੈ ਕਾਂ ਉਸ ਸਿਰ ਦੇ ਉੱਪਰ ਉਸ ਖੋਪੜੀ ਦੇ ਉੱਪਰ ਬੈਠ ਕੇ ਕਾਂ ਅੱਜ ਆਪਣੇ ਕੰਦੀ ਚੁੰਚ ਸਵਾਰ ਰਹੇ ਭਲਿਆ ਕਿੰਨਾ ਚੰਗਾ ਹੁੰਦਾ ਹੈ ਤੂੰ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਂਦਾ ਹੈ ਆ ਸਜ਼ਾ ਨਾ ਮਿਲੀ ਤੈਨੂੰ ਪਰਮਾਤਮਾ ਦੇ ਦਰ ਤੇ ਕਬੂਲ ਹੋ ਜਾਂਦਾ ਹੈ ਤਾਂ ਆ ਸਜ਼ਾ ਦਾ ਹੱਕ ਦਾ ਨਾ ਮੰਨਦਾ ਹੈ ਸੋ ਆਪਣੇ ਜੀਵਨ ਨੂੰ ਸਵਾਰ ਲਈਏ ਪਰ ਸਾਡੇ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭੂ ਆਪਣੇ ਮੇਰੇ Thank you.
ਡਿਟੇਲ ਦੇ ਦਿਓ ਬੜਾ ਜੀ ਪਤਾ ਨਹੀਂ ਪਾਣੀ ਵਾਹਿਗੁਰੂ ਜੀ ਕਾ ਖਾਲਸਾ।
ਪੱਤਰ ਤੋਂ ਲੈ ਕੇ ਅੱਜ ਤੱਕ ਗੁਰਦੁਆਰਾ ਸਾਹਿਬ ਦੇ ਜਥੇ ਬਾਬਾ ਜੀ ਨੂੰ ਕੋਈ ਜ਼ਰੂਰੀ ਕੰਮ ਆ ਅੱਜ ਖੰਡਵਾੜ ਸਾਹਿਬ ਪ੍ਰਕਾਸ਼ ਕੀਤਾ ਉਹਦੇ ਕਰਕੇ ਨਹੀਂ ਆ ਸਕੇ ਸੋ ਮਾਫੀ ਚਾਹੁੰਦੇ ਹਾਂ ਕਿਉਂਕਿ ਉਹਨਾਂ ਨਾਲ ਵੀ ਵਧੀਆ ਸੋਹਣਾ ਸੰਬੰਧ ਸੀ ਅੱਜ 33 ਸਾਲ ਹੋ ਗਏ ਬਾਬਾ ਜੀ ਨੂੰ ਇੱਥੇ ਆਇਆ ਨੂੰ ਪਰ ਡੋਮਣੇ ਤੋਂ ਕਿਉਂਕਿ ਨਵੇਂ ਰਹਿ ਕੇ ਸੇਵਾ ਕਰਦੇ ਸੀ ਨਹੀਂ ਤਾਂ ਸਾਨੂੰ ਵਧੀਆ ਗੁਰੂ ਘਰ ਦੇ ਲੱਗਦੇ ਨੇ ਕਿੰਤੂ ਬੰਦੂ ਕਰਨ ਵਾਲੇ ਜ਼ਿਆਦਾ ਹੁੰਦੇ ਨੇ ਪਰ ਉਹ ਐਸੇ ਨਿਸ਼ਾਨ ਤੇ ਇੰਨੀ ਕਾਰੋਬਾਰ ਹੋਣ ਦੇ ਕਾਰਨ ਗੁਰੂ ਦੇ ਵਿੱਚ ਜਿਹਨੂੰ ਲਵੇ ਸਮਝ ਤੇ ਵੀ ਬਾਣੀ ਪੜ੍ਹਦਾ ਕੋਈ ਵੀ ਬਾਬਾ ਜੀ ਦੇ ਬੰਦ ਆਇਆ ਸਰਦਾਰ ਮੋਹਰ ਸਿੰਘ ਨੇ ਖਬੀ ਸੱਜੀ ਵਾਹ ਸਮਝ ਕੇ ਉਹਨਾਂ ਦੀ ਮਦਦ ਕੀਤੀ ਇਸ ਕਰਕੇ ਅਸਾਰ ਰਣਜੀਤ ਸਿੰਘ ਜੀ ਪ੍ਰਧਾਨ ਜੋ ਕਿ ਉਹਨਾਂ ਨੂੰ ਸਰਦਾਰ ਜੀ ਦੇ ਉਸ ਦਿਨ ਪਹਿਲਾਂ ਕੋਈ ਪਤਾ ਨਹੀਂ ਸੀ ਕਿ ਸਰਦਾਰ ਮੋਹਨ ਸਿੰਘ ਜੀ ਇਸ ਦੁਨੀਆਂ ਤੋਂ ਸਦਾ ਲਈ ਆਪਣੇ ਪਰਿਵਾਰ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਮਿੱਤਰ ਪਿਆਰਾਂ ਨੂੰ ਛੱਡ ਕੇ ਚਲੇ ਜਾਣਗੇ ਕਿਉਂਕਿ ਉਸ ਦਿਨ ਸਵੇਰ ਨੂੰ ਉਹਨਾਂ ਦਾ ਜਿਹੜਾ ਖੇਤ ਲਿਆ ਹੋਇਆ ਸੀ ਸਾਰੇ ਖੇਤਾਂ ਦੇ ਵਿੱਚ ਸੈਰ ਕਰਕੇ ਆਏ ਸੀ ਰੋਜ਼ਾਨਾ ਦੀ ਤਰ੍ਹਾਂ ਆਪਣੇ ਖੇਤਾਂ ਦੇ ਵਿੱਚ ਗੇੜਾ ਮਾਰ ਕੇ ਇਸ਼ਨਾਨ ਕਰਕੇ ਪਾਪ ਪੂਜਾ ਕਰਕੇ ਕੋਈ ਪਹਿਲਾਂ ਦਿਨ ਮੱਠ ਹੋ ਗਈ ਸੀ ਦਵਾ ਨੂੰ ਲੈਣ ਵਾਸਤੇ ਗੁਰਦਿਆਂ ਨੂੰ ਕੀ ਗੱਲ ਪਾਉਣ ਵਾਸਤੇ ਜਾ ਰਹੀ ਸੀ ਪਰ ਉਸ ਮਾਪ ਦੇ ਕਹਿਣ ਰੂਪੀ ਕਾਲ ਨੇ ਰਸਤੇ ਦੇ ਵਿੱਚ ਹੀਰਾਂ ਨੂੰ ਭੇਜ ਲਿਆ ਸੋ ਇਹ ਗੱਲਾਂ ਕਿਸੇ ਨੂੰ ਨਹੀਂ ਪਤਾ ਸੀ ਪਤਾ ਨਹੀਂ ਸੀ ਕਿ ਸਰਦਾਰ ਮੋਹਨ ਸਿੰਘ ਜੀ ਨੂੰ ਇਸ ਤਰ੍ਹਾਂ ਦੀ ਮੌਤ ਆ ਜਾਏਗੀ ਕਿਉਂਕਿ ਹਜੇ ਉਹਨਾਂ ਦਾ ਜਿਹੜਾ ਬਹੁਤ ਠੀਕ ਸੀ ਸਿਹਤ ਬੜੀ ਠੀਕ ਸੀ ਐਸੇ ਮਿੱਠ ਬੋਲਣ ਸਾਊ ਸੁਭਾਅ ਦੇ ਇਨਸਾਨ ਸਨ ਹਰੇ ਕੰਦੇ ਲੋਕ ਸੁਖ ਵਿੱਚ ਕੱਤਰ ਹੁੰਦੇ ਸਨ ਜੋ ਲੋਕ ਕੁਝ ਲੋਕ ਆਪਣੇ ਪਰਿਵਾਰ ਵਾਸਤੇ ਇਸ ਸੰਸਾਰ ਦੇ ਵਿੱਚ ਆਉਂਦੇ ਹਨ ਪਰ ਬਹੁਤ ਘੱਟ ਲੋਕ ਹੁੰਦੇ ਹਨ ਜੋ ਦੂਸਰਿਆਂ ਲਈ ਆਪਣਾ ਜੀਵਨ ਅਰਪਣ ਕਰ ਦਿੰਦੇ ਹਨ ਇਹ ਸਰਦਾਰ ਮੋਹਨ ਸਿੰਘ ਜੀ ਦੇ ਮੋਹਨ ਸਿੰਘ ਜੀ ਦਾ ਹਿੱਸੇ ਆਉਂਦਾ ਕਿ ਉਹਨਾਂ ਨੇ ਸਮਾਜ ਦੀ ਸੇਵਾ ਬਹੁਤ ਕੀਤੀ ਆ ਹਰ ਇੱਕ ਦੇ ਦੁੱਖ ਸੁੱਖ ਵਿੱਚ ਸਹਾਈ ਹੋਣਾ ਹਰ ਇੱਕ ਨੂੰ ਨੇਕ ਰਹਿ ਦੇਣਾ ਆ ਦੂਜੇ ਬੰਨੇ ਅੱਜ ਕੱਲ੍ਹ ਆਪਣੇ ਜ਼ਿਮੀਦਾਰਾਂ ਦੇ ਬੜੇ ਰੋਲੇ ਪੈਂਦੇ ਨੇ ਪੱਟਾਂ ਦੇ ਪਹੀਆਂ ਦੇ ਤਵਾਂ ਦੇ ਉਹਨਾਂ ਨੇ ਜਾ ਕੇ ਮਿੰਟਾਂ ਦੇ ਵਿੱਚ ਦੋਏ ਧਿਰਾਂ ਨੂੰ ਜਾ ਕੇ ਸਮਝਾ ਦੇਣਾ ਔਰ ਜਿੰਨਾ ਪਰਿਵਾਰੀਆਂ ਦੇ ਕੰਮ ਉਹ ਨਿਸ਼ਾਨ ਨਹੀਂ ਕਰਦੇ ਨੇ ਉਸ ਤੋਂ ਰੱਦੀ ਭਰ ਵੀ ਫਰਕ ਨਹੀਂ ਪੈ ਲੈਣਾ ਦੋਏ ਧਿਰਾਂ ਦੀ ਤਸੱਲੀ ਕਰਾ ਕੇ ਖੁਸ਼ੀ ਖੁਸ਼ੀ ਸਭ ਨੂੰ ਘਰ ਲੈ ਆਵਾਂ ਔਰ ਉਹਨਾਂ ਦੀ ਗੱਲ ਤੇ ਸਾਰੇ ਲੱਗਣ ਵਾਸੀ ਸਾਰੇ ਪਿੰਡ ਵਾਸੀ ਵਿਸ਼ਵਾਸ ਕਰਦੇ ਸਨ ਸੋ ਅੱਜ ਸਾਨੂੰ ਬੜਾ ਦੁੱਖ ਹੈ ਸਾਡੇ ਵਿੱਚ ਸਰਦਾਰ ਮੋਹਨ ਸਿੰਘ ਜੀ ਨਹੀਂ ਰਹੇ ਜਿਨ੍ਹਾਂ ਦੀ ਹਜੇ ਸਾਡੇ ਨਗਰ ਨੂੰ ਔਰ ਉਹਨਾਂ ਦੇ ਪਰਿਵਾਰ ਨੂੰ ਬਹੁਤ ਲੋੜ ਸੀ ਪਰ ਅਸੀਂ ਲੋਕ ਭਾਣਾ ਪਾਉਣ ਵਾਲੇ ਹਾਂ ਪਰਮਾਤਮਾ ਦਾ ਭਾਣਾ ਟੱਲਾ ਜਿੰਨੀ ਸਵਾਸਾਂ ਦੀ ਮੁੰਜੀ ਸਤਿਗੁਰ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਲਿਖ ਕੇ ਭੇਜੀ ਸੀ ਉਹ ਪੂਰੀ ਹੋ ਗਈ ਮੈਂ ਤਾਂ ਹਜੇ ਉਹਦੇ ਚਰਨਾਂ 'ਚ ਅਰਦਾਸ ਕਰਦਾ ਕਿ ਉਸ ਪਿਛਲੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਕਿਸੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਉਹਨਾਂ ਦੇ ਪੁੱਤਰ ਸਰਦਾਰ ਭਿੰਦਰਪਾਲ ਸਿੰਘ ਜੀ ਪਾਲ ਸਿੰਘ ਜੀ ਅਤੇ ਉਹਨਾਂ ਦੇ ਪੁੱਤਰਾਂ ਨੂੰ ਜਿਵੇਂ ਉਹ ਆਪ ਸੇਵਾ ਕਰਦੇ ਸਨ ਇਸ ਤਰ੍ਹਾਂ ਸਮਾਜ ਸੇਵਾ ਦਾ ਕੰਮ ਕਰਨਾ ਉਦਮ ਬਖਸ਼ਣ ਪਰਿਵਾਰ ਦੇ ਮੇਲ ਪਰ ਹੱਥ ਰੱਖਣ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਗਰਮੀ ਬਹੁਤ ਹੈ ਜਦੋਂ ਬੁਲਾਰਾ ਨੂੰ ਵੀ ਟਾਈਮ ਦੇਵਾਂਗੇ ਸੰਗਤਾਂ ਬਹੁਤ ਆਈਆਂ ਨੇ ਤੁਸੀਂ ਦੇਖ ਕੇ ਕਿ ਹੁਣ ਸਾਰੇ ਨਗਰਾਂ ਤੋਂ ਸੰਗਤ ਆਈ ਹੈ ਹੁਣ ਮੈਂ ਪਰਿਵਾਰ ਜੀ ਨੂੰ ਬੇਨਤੀ ਕਰੂੰਗਾ ਕਿ ਉਹਨਾਂ ਦੇ ਜੀਵਨ ਵਾਲੇ ਔਰ ਉਹਨਾਂ ਨੂੰ ਆਤਮ ਸੰਧਾਨ ਦੀ ਭੇਟ ਕਰਨਗੇ ਸ੍ਰੀ ਪਿਆਰਾ ਲਾਲ ਜੀ ਵਾਸਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਦੂਰੋਂ ਨੇੜਿਓਂ ਮੋਹਨ ਸਿੰਘ ਜੀ ਧਾਰੀਵਾਲ ਦੇ ਰਿਸ਼ਤੇਦਾਰ ਮਿਲਣ ਵਾਲੇ ਮੈਂ ਗੱਲਾਂ ਕਰਾਂ ਆਲੇ ਦੁਆਲੇ ਪਿੰਡਾਂ ਦੀਆਂ ਬਰਦਮਗੜ੍ਹ ਦਾ ਸਾਰਾ ਪਿੰਡ ਆਇਆ ਹੋਇਆ ਔਰ ਖੱਤਰੀ ਵਾਲਾ ਬੰਬਣਾ ਤਲਵੰਡੀ ਔਰ ਸਮਾਣਾ ਸ਼ਹਿਰ ਜਿੰਨੀਆਂ ਵੀ ਸੰਗਤਾਂ ਆਈਆਂ ਨੇ ਮੈਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪੁਜਿਆ ਸੋ ਵਿਨਸਾ ਹੈ ਇਹ ਅਕਾਲ ਪੁਰਖ ਦਾ ਹੁਕਮ ਹੈ ਜਿਹੜਾ ਪੈਦਾ ਹੋਇਆ ਉਹਨੇ ਇੱਕੜਾ ਇੱਕ ਦਿਨ ਮਰਨਾ ਹੈ ਪਰ ਇੱਕ ਇਹੋ ਜਿਹੇ ਇਨਸਾਨ ਹੁੰਦੇ ਨੇ ਜਿਨ੍ਹਾਂ ਦੀ ਮਰਨ ਤੋਂ ਬਾਅਦ ਯਾਦ ਆਉਂਦੀ ਹੈ ਪਰਿਵਾਰ ਦੀ ਸੇਵਾ ਭਾਵਨਾ ਕਰੇ ਔਰ ਉਹਨਾਂ ਦੇ ਜੀਵਨ ਬਾਰੇ ਬਹੁਤ ਕੁਝ ਆਪ ਨੂੰ ਦੱਸਿਆ ਬਹੁਤ ਬਹੁਤ ਧੰਨਵਾਦ ਸੋਖ ਸੁਨੇਹੇ ਪਹੁੰਚੇ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਨਿਲ ਗੁਪਤਾ ਜੀ ਜਨਰਲ ਸਕੱਤਰ ਮਨੀਸ਼ ਰੌਕੀ ਜੀ ਇਹਨਾਂ ਵੱਲੋਂ ਪਰਿਵਾਰ ਦਾ ਸੋਖ ਸੰਦੇਸ਼ ਭੇਜਿਆ ਜਾਂਦਾ ਹੈ ਬਹੁਤ ਬਹੁਤ ਧੰਨਵਾਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਆਰਾ ਵੱਲੋਂ
ਸੋਗ ਸੰਦੇਸ਼ ਆਇਆ ਇੱਥੇ ਸਰੀਏਵੀ ਪਬਲਿਕ ਸਕੂਲ ਕਲਾਰਾ ਵੱਲੋਂ ਸੋਗ ਸੰਦੇਸ਼ ਪਹੁੰਚਿਆ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਡੇ ਵੱਲੋਂ ਬਹੁਤ ਸਾਰੇ ਬੁਲਾਰੇ ਆ ਰਹੇ ਨੇ, ਗਰਮੀ ਬਹੁਤ ਹੈ, ਟਾਈਮ ਜਿਹਨਾਂ ਨੂੰ ਦੇ ਸਕਦੇ ਮਹਾਨ ਸ਼ਖਸੀਅਤਾਂ ਨੇ ਉਹਨਾਂ ਤੋਂ ਅਸੀਂ ਮਾਫ਼ੀ ਚਾਹੁੰਦਾ। ਸਰਦਾਰ ਸੁਖਵਿੰਦਰ ਸਿੰਘ ਜੀ ਗਾਂਧੀਪੁਰ, ਸਾਬਕਾ ਚੇਅਰਮੈਨ ਬਲਾਕ ਸਮਿਤੀ ਸਮਾਣਾ, ਰਣਦੀਪ ਸਿੰਘ ਜੀ ਜਹਿਦਾ ਸਰਕਲ ਕਲਾਰਾ, ਗੁਲਾਬ ਸਿੰਘ ਜੀ ਸਰਪੰਚ ਸਾਹਿਬ ਬਦਲਗੜਾ, ਗੁਰਮੁਖ ਸਿੰਘ ਜੀ ਸਾਬਕਾ ਸਰਪੰਚ ਕਟਲਾ, ਸਰਪੰਚ ਭੇਟੂ, ਪਰਮਜੀਤ ਸਿੰਘ ਜੀ ਭੁਤਾਨ ਸਰਕਲ ਸਮਾਣਾ, ਜਗਵਿੰਦਰ ਸਿੰਘ ਜੀ ਪਟਵਾਰੀ, ਇਹਨਾਂ ਨੇ ਆਪਣੇ ਨਗਰ ਦੇ ਵਿੱਚ ਤਕਰੀਬਨ 40-45 ਕੀਲੇ ਬਣਾ ਰਹੇ ਹਨ, ਆਪਣੇ ਹੀ ਨਗਰ ਦੇ ਵਸਨੀਕ ਬਣਦੇ ਜਾ ਰਹੇ ਹਨ, ਉਹ ਵੀ ਆਏ ਹੋਏ ਨੇ ਇਸ ਪਰਿਵਾਰ ਨਾਲ ਸਾਂਝਾ ਕਰਨ ਵਾਸਤੇ। ਬਹੁਤ ਧੰਨਵਾਦ ਕਰਦੇ ਹਾਂ ਸਾਰੇ ਹੀ ਸਮਾਣਾ ਦੀਆਂ ਮਹਾਨ ਸ਼ਖਸੀਅਤਾਂ, ਸਮੁੱਚੇ ਆਰਮੀ ਐਸੋਸੀਏਸ਼ਨ ਇੱਥੇ ਪਹੁੰਚੇ ਹੋਏ ਨੇ, ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਸੋ ਸਾਹਿਬ ਸਿੰਘ ਜੀ, ਐਸ ਐਚ ਓ ਸਾਹਿਬ, ਐਸ ਡੀ ਓ, ਜੇ ਈ ਸਾਹਿਬ ਜੀ, ਬਿਜਲੀ ਬੋਰਡ, ਉਹ ਵੀ ਪਹੁੰਚੇ ਹੋਏ ਨੇ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਰਦਾਰ ਕਪੂਰ ਚੰਦ ਜੀ ਬਾਂਸਲ, ਇਹਨਾਂ ਨੂੰ ਬਹੁਤ ਅਜਮੇਰ ਦੇ ਵਾਸੀ ਉਹ ਗਾਂਧੀ ਪਰਿਵਾਰ ਨਾਲ ਕੁਝ ਸਾਂਝਾ ਕਰਕੇ ਗਏ ਨੇ, ਉਹਨਾਂ ਦੀ ਵੀ ਹਾਜ਼ਰੀ ਪਾਉਂਦੇ ਹਾਂ। ਸਰਦਾਰ ਪਵਨ ਸਿੰਘ ਜੀ, ਉਹ ਵੀ ਪਹੁੰਚੇ ਹੋਏ ਨੇ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹੁਣ ਮੈਂ ਬੇਨਤੀ ਕਰਦਾ ਸਰਦਾਰ ਗੁਰਚਰਨ ਸਿੰਘ ਜੀ, ਘੰਗਰੋੜੀ ਸਾਬਕਾ ਸਰਪੰਚ ਅਤੇ ਸੀਨੀਅਰ ਅਕਾਲੀ ਆਗੂ, ਉਹਨਾਂ ਨੂੰ ਬੇਨਤੀ ਕਰਦਾ ਵੀ ਸਮੇਂ ਨੂੰ ਸੀਮਤ ਦੇਖਦੇ ਹੋਏ ਮੂਵਮੈਂਟ ਲਈ ਸਰਦਾਰ ਮੋਹਨ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਨਗੇ। ਇੱਥੇ ਬਹੁਤ ਸੱਜਣ ਚਲੇ ਵੀ ਗਏ, ਆਪਣੇ ਪਿਆਰੇ ਹੋ ਗਏ, ਕੁਝ ਆਪਣੇ ਸੁਰਜੀਤ ਸਿੰਘ ਜੀ ਸਰਪੰਚ ਹੋਈ, ਹੋਰ ਵੀ ਮੇਰੇ ਕਹਿਣ ਦਾ ਮਤਲਬ ਸਰਦਾਰ ਮੋਹਨ ਸਿੰਘ ਧਾਲੀਵਾਲ ਉਹਨਾਂ ਤੋਂ ਹੈ, ਜਦੋਂ ਵੀ ਕੋਈ ਪਾਰਟੀ ਨੂੰ ਇਸ ਨਗਰ ਨੂੰ ਕੋਈ ਵੀ ਲੋੜ ਪੈਂਦੀ ਸੀ, ਇਹ ਸ਼ਖਸੀਅਤਾਂ ਚਾਰ ਪੰਜ ਜਿਹੜੇ ਸੱਜਣ ਸੀ ਮੂਹਰੇ ਹੋ ਕੇ ਚੱਲਦੇ ਸੀ, ਨਗਰ ਵੀ ਸਾਹ ਪਿੱਛੇ ਲੱਗਦਾ ਸੀ। ਸਾਡੇ ਕਲਾਸ ਵੱਲੋਂ ਸਾਬਕਾ ਸਰਪੰਚ ਬੱਬੂ ਸਿੰਘ ਜੀ ਵੀ ਆਏ ਹੋਏ ਨੇ, ਬੜਾ ਚੰਗੀ ਸੰਗਤ ਵੱਲੋਂ ਤੁਹਾਨੂੰ ਵੀ ਦਾਨ ਦਿੱਤਾ ਗਿਆ, ਸਾਡੇ ਮੁਕਰਾਂ ਵਾਸਤੇ ਵੀ ਆਪਦਾ ਲੈ ਕੇ ਜਾਣਾ। ਸਾਰੀਆਂ ਸੰਗਤਾਂ ਦਾ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪਹਿਲਾਂ ਗੁਰੂ ਜੀ ਦੇਖ ਵਰਤੇ ਗਏ, ਉਸ ਤੋਂ ਬਾਅਦ ਫਿਰ ਬੇਨਤੀ ਆ ਕਿ ਨਗਰ ਪ੍ਰਸ਼ਾਦਾ ਛੱਕ ਕੇ ਜਾਣਾ। ਬਹੁਤ ਬਹੁਤ ਧੰਨਵਾਦ, ਪੁੱਤ ਜੀ ਕੋਲ ਜਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆਪਾਂ ਜਦੋਂ ਆਪਾਂ ਹਾਂ ਇਹ ਨਾ 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 ਨ